ਅੱਜ ਦੋਸਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਤੇ ਅਸੀਂ ਇਸ ਵੀਡੀਓ ਵਿੱਚ ਕਰ ਰਹੇ ਸੀ ਸਰਤਾਜ ਦੇ ਗੀਤਾਂ ਦੇ ਸ਼ਬਦ ਲੜੀ ਨੰਬਰ 3 ਸ਼ਬਦ ਹੈ ਕਸੀਦਾ ਅਸੀਂ ਸਾਰੇ ਜਾਣਦੇ ਹਾਂ ਕਿ ਸਤਿੰਦਰ ਸਰਤਾਜ ਦੇ ਬਹੁਤ ਸਾਰੇ ਜਿਹੜੇ ਗੀਤ ਨੇ ਉਹਨਾਂ ਦੇ ਵਿੱਚ ਕਈ ਸ਼ਬਦ ਨੇ ਜਿਹੜੇ ਉਹ ਕਈ ਵਾਰੀ ਸਾਡੀ ਸਮਝ ਤੋਂ ਬਾਹਰ ਹੁੰਦੇ ਨੇ ਸਾਨੂੰ ਉਹਨਾਂ ਦੇ ਮੀਨਿੰਗ ਨਹੀਂ ਸਮਝ ਪਾਉਂਦੇ ਅਸੀਂ ਤਾਂ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੇ ਕੁਝ ਸ਼ਬਦਾਂ ਨੂੰ ਲੈ ਕੇ ਉਹਨਾਂ ਦੇ ਅਰਥ ਦੱਸੇ ਜਾਣ ਤੇ ਉਹਨਾਂ ਦਾ मीनिंग ਦੱਸਿਆ ਜਾਵੇ ਤਾਂ ਇਹ ਇੱਕ ਛੋਟੀ ਜਹੀ ਕੋਸ਼ਿਸ਼ ਹੈ ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕੋਸ਼ਿਸ਼ ਤੇ ਅੱਜ ਦਾ ਜਿਹੜਾ ਸਾਡਾ ਸ਼ਬਦ ਹੈ ਉਹ ਕਸੀਦਾ ਕਸੀਦਾ ਸਰਤਾਜ ਦਾ ਇੱਕ ਗੀਤ ਹੈ ਉਸ ਦਾ ਟਾਈਟਲ ਹੈ ਕਸੀਦਾ ਜਿਸ ਦੇ ਵਿੱਚ ਇੱਕ ਕਹਾਣੀ ਨੂੰ ਬਿਆਨ ਕਰਦੇ ਨੇ ਉਹ ਤੇ ਆਓ ਜਾਣਦੇ ਹਾਂ ਕਿ ਕਸੀਦਾ ਦਾ मीनिंग ਕੀ ਹੈ ਇਸ ਦਾ ਕੀ ਅਰਥ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਤਾਜ ਉਰਦੂ ਫਾਰਸੀ ਦੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਅਰੇਬਿਕ ਲੈਂਗੁਏਜ ਦੀ ਵਰਤੋਂ ਕਰਦੇ ਨੇ ਕਿਉਂਕਿ ਉਹ ਬਹੁਤ ਕਾਫੀ ਪੜ੍ਹੇ ਲਿਖੇ ਨਹੀਂ ਤੇ ਫਾਰਸੀ ਉਰਦੂ ਦੇ ਗਿਆਤਾ ਨੇ ਵਿਦਵਾਨ ਨੇ ਤਾਂ ਉਹਨਾਂ ਦੇ ਸ਼ਬਦ ਫਾਰਸੀ ਲੈਂਗੁਏਜ ਤੋਂ ਉਰਦੂ ਭਾਸ਼ਾ ਤੋਂ ਵੀ ਹੁੰਦੇ ਨੇ ਤਾਂ ਇਹ ਸ਼ਬਦ ਵੀ ਕਸੀਦਾ ਜੋ ਹੈ ਫਾਰਸੀ ਭਾਸ਼ਾ ਦਾ ਹੀ ਹੈ ਉਰਦੂ ਦਾ ਹੈ ਤੇ ਇਸ ਦੇ ਵਿੱਚ ਜੇ ਅਸੀਂ ਇਹਦਾ मीनिंग ਦੇਖੀਏ ਇੱਕ ਕਾਵ ਰੂਪ ਹੈ ਕਸੀਦਾ ਇੱਕ ਕਾਵ ਰੂਪ ਹੈ ਫਾਰਸੀ ਦੇ ਵਿੱਚ ਜੋ ਪੂਰਬ ਇਸਲਾਮੀ ਅਰਬ ਵਿੱਚ ਵਿਕਸਿਤ ਹੋਇਆ ਸੀ ਅਤੇ ਉਦੋਂ ਤੋਂ ਹੀ ਇਹ ਅੱਜ ਤੱਕ ਪ੍ਰਚਲਿਤ ਹੈ ਯਾਨੀ ਕਿ ਕਸੀਦਾ ਇੱਕ ਕਵਿਤਾ ਹੈ ਜ ਜਮੇ ਗਜ਼ਲ ਹੁੰਦੀ ਹੈ ਪੰਜਾਬੀ ਚ ਨਜ਼ਮ ਹੁੰਦੀ ਹੈ ਤੇ ਇੰਗਲਿਸ਼ ਦੇ ਵਿੱਚ ਓਡ ਹੁੰਦੀ ਹੈ ਓ ਡੀ ਈ ਓ ਡ ਇਹ ਕਵਿਤਾ ਦੇ ਉਹ ਰੂਪ ਨੇ ਜਿੰਨਾ ਦਾ ਕੋਈ ਵਿਧੀ ਵਿਧਾਨ ਹੁੰਦਾ ਹੈ ਜਾਨੀ ਕਿ ਐਨੀਆਂ 17 ਹੋਣੀਆਂ ਚਾਹੀਦੀਆਂ ਨੇ ਐਨੇ ਸ਼ਬਦ ਹੋਣੇ ਚਾਹੀਦੇ ਨੇ ਫੇਰ ਹੀ ਉਸ ਕਵਿਤਾ ਨੂੰ ਅਸੀਂ ਕਸੀਦਾ ਜਾਂ ਗਜ਼ਲ ਜਾਂ ਆਉਡ ਕਹਿ ਸਕਦੇ ਹਾਂ ਤਾਂ ਜਾਂ ਨਜ਼ਮ ਕਹਿ ਸਕਦੇ ਹਾਂ ਇਹ ਇੱਕ ਇੱਕ ਤਰ੍ਹਾਂ ਦੀ ਇਸ ਤਰ੍ਹਾਂ ਦੀ ਕਵਿਤਾ ਹੈ ਜਾਂ ਨਜ਼ਮ ਹੈ ਜਾਂ ਗਜ਼ਲ ਹੈ ਜਿਸ ਨੂੰ ਜਿਸ ਦੇ ਵਿੱਚ ਵਿਧੀ ਵਿਧਾਨ ਹੁੰਦੇ ਨੇ ਜਾਨੀ ਕਿ ਕਿੰਨੀਆਂ 70 ਇਹਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜਿਵੇਂ ਗਜ਼ਲ ਹੈ ਗਜ਼ਲ ਦੇ ਬਹੁਤ ਸਾਰੇ ਰੂਲ ਨੇ ਯਾਨੀ ਕਿ ਨਿਯਮ ਨੇ ਉਸੇ ਤਰ੍ਹਾਂ ਕਸੀਦਾ ਵੀ ਇੱਕ ਨਿਯਮ ਵਾਲੀ ਕਵਿਤਾ ਹੈ ਕੰਤਰੂਪ ਹੈ ਇਸ ਕਵਿਤਾ ਦੇ ਵਿੱਚ ਜ਼ਿਆਦਾ ਕਿਸੇ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਜਾਂ ਕਿਸੇ ਦੀ ਨਿੰਦਾ ਕੀਤੀ ਜਾਂਦੀ ਹੈ ਜਿਹੜਾ ਕਸੀਦਾ ਸਰਤਾਜ ਨੇ ਪੜ੍ਹਿਆ ਹੈ ਉਸ ਦੇ ਵਿੱਚ ਕਿਸੇ ਦੀ ਉਸਤਤ ਕੀਤੀ ਗਈ ਹੈ ਯਾਨੀ ਕਿ ਕਿਸੇ ਦੀ ਪ੍ਰਸ਼ੰਸਾ ਕੀਤੀ ਗਈ ਹੈ ਸੋ ਦੋਸਤੋ ਇਹ ਤਾਂ ਸੀ ਸਰਤਾਜ ਦੇ ਕਸੀਦਾ ਸ਼ਬਦ ਦਾ ਵਰਣਨ ਜਾਂ ਉਹਨਾਂ ਦਾ मीनिंग ਪਰ ਕਸੀਦਾ ਇੱਕ ਹੋਰ ਵੀ ਅਰਥ ਹੈ ਜਿਹੜਾ ਸਰਤਾਜ ਨੇ ਉਸ ਅਰਥ ਤੋਂ ਇਹ ਸ਼ਬਦ ਨੂੰ ਨਹੀਂ ਯੂਜ਼ ਕੀਤਾ ਪਰ ਅਸੀਂ ਦੇਖੀਏ ਜੇ ਪੰਜਾਬੀ ਦੇ ਵਿੱਚ ਤਾਂ ਤਾਂ ਕੀ ਅਰਥ ਹੈ ਕਸੀਦਾ ਦਾ ਕੱਪੜੇ ਪਰ ਸੂਈ ਡੋਰੇ ਸੇ ਪਸ਼ੂ ਪੰਛੀਆਂ ਕੇ ਚਿੱਤਰ ਬੇਲ ਬੂਟੇ ਆਦ ਕਾੜਨੇ ਜਾਂ ਬਣਾਉਣੇ ਕਾਮ ਲਕਸ਼ਣ ਜਿਵੇਂ ਕਢਾਈ ਅਸੀਂ ਕਰਦੇ ਪਹਿਲਾਂ ਕਢਾਈ ਕਰਦੀਆਂ ਸੀ ਲੜਕੀਆਂ ਸੂਈ ਨਾਲ ਜਾਂ ਕੋਈ ਕਿਸੇ ਚਾਦਰ ਵਗੈਰਾ ਨੂੰ ਕਢਦੀਆਂ ਸੀ ਜੇ ਉਹਤੇ ਬਹੁਤ ਜ਼ਿਆਦਾ ਬਾਰੀਕ ਕਢਾਈ ਕੀਤੀ ਜਾਂਦੀ ਸੀ ਪਸ਼ੂ ਪੰਛੀਆਂ ਯਾਨੀ ਕਿ ਪਸ਼ੂ ਪੰਛੀਆਂ ਦਾ ਚਿੱਤਰ ਬਣਾਈ ਜਾਂਦੇ ਸੀ ਸੂਈ ਦੇ ਨਾਲ ਤਾਂ ਸੂਈ ਤੇ ਧਾਗੇ ਨਾਲ ਤਾਂ ਉਸ ਨੂੰ ਵੀ ਅਸੀਂ ਕਸੀਦਾ ਕਹਿੰਦੇ ਸੀ ਜਾਂ ਕਹ ਲੋ ਕੋਈ ਮਹੀਨ ਕੰਮ ਯਾਨੀ ਕਿ ਬਹੁਤ ਹੀ ਸੰਜੀਦ ਦਾ ਕੰਮ ਜਿਹੜਾ ਕਿ ਬਹੁਤ ਬਾਰੀਕ ਕੰਮ ਹੁੰਦਾ ਉਹ ਬਹੁਤ ਅੱਖਾਂ ਲਾ ਕੇ ਕੀਤਾ ਜਾਂਦਾ ਹੈ ਅੱਖਾਂ ਤੇ ਬਹੁਤ ਜ਼ੋਰ ਪੈਂਦਾ ਹੈ ਉਸ ਨੂੰ ਵੀ ਅਸੀਂ ਕਸੀਦਾ ਕਹਿੰਦੇ ਆ ਤਾਂ ਇਹ ਕਸੀਦਾ ਦਾ ਦੂਸਰਾ ਅਰਥ ਸੀਗਾ ਜਿਹੜੇ ਅਰਥ ਤੋਂ ਸਰਤਾਜ ਨੇ ਯੂਜ਼ ਕੀਤਾ ਸੀ ਉਹ ਕਸੀਦਾ ਫਾਰਸੀ ਦਾ ਅੱਖਰ ਸ਼ਬਦ ਸੀਗਾ ਸੋ ਦੋਸਤੋ ਇਹ ਸੀ ਅੱਜ ਦੀ ਵੀਡੀਓ ਤੇ ਅਸੀਂ ਜਾਣਿਆ ਕਸੀਦਾ ਦਾ ਅਰਥ ਇਹ ਲੜੀ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਥੈਂਕ ਯੂ ਵੈਰੀ ਮੱਚ